ਜਿਹੜਾ ਡਿਲੀਵਰੀ ਬੋਆਏ ਸੀਗਾ ਵੀ ਉਹ ਰਸਤੇ ਵਿੱਚ ਕਿਤੇ ਰੁਕਿਆ ਹੈਗਾ, ਕਿੱਥੇ ਉਹ ਜਿਹੜੀ ਹੈਗੀ ਆ ਮਤਲਬ ਉਹਦੇ 'ਚ ਕੋਈ ਸ਼ਰਾਰਤ ਹੋਈ ਆ? ਸਮਥਿੰਗ ਹੈਪਨ ਇਨ ਦਾ ਬੇਕਰੀ ਕਿ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਚਲੇ ਗਈ ਆ ਪੋਇਜ਼ਨਸ? ਇਸ ਤਰ੍ਹਾਂ ਵੀ ਹੋ ਜਾਂਦਾ, ਮੇਰੇ ਕਲਾਸ ਵੱਲੋਂ ਸੀ, ਉਹਨਾਂ ਦੀ ਬੱਚੇ ਦੀ ਡੈਥ ਹੋਈ ਸੀ ਅਤੇ ਬਾਅਦ 'ਚ ਪਤਾ ਲੱਗਿਆ ਉਹਨਾਂ ਨੂੰ ਕੋਈ ਗੁਲਾਬ ਜਾਮਣ ਦੇ ਗਿਆ। ਇਟ ਮੇ ਨੋਟ ਬੀ ਦੈਟ ਸਿੰਪਲ, ਕਈ ਵਾਰੀ ਲੱਗਦਾ ਹੁੰਦਾ ਆਪਾਂ ਨੂੰ ਲੱਗਦਾ ਹੈਗਾ ਵੀ ਕੇਕ ਸੀਗਾ, ਵੀ ਕੀ ਇਹ ਕੇਕ ਹੀ ਸੀਗਾ, ਕੀ ਉਹਦੇ 'ਚ ਕੋਈ ਪੋਇਜ਼ਨ ਸੀ? ਅਤੇ ਜੇ ਉਹ 'ਚ ਪੋਇਜ਼ਨ ਸੀ ਤਾਂ ਕਿੱਥੋਂ ਆਈ? ਕੀ ਉਹ ਬੇਕਰੀ 'ਚ ਆਈ ਜਾਂ ਕਿਤੇ ਰਸਤੇ 'ਚ ਆਈ ਜਾਂ ਕਿਹੜੇ ਕਿਸੇ ਵੇਲੇ ਕਿਹੜੀ ਸਟੇਜ 'ਤੇ ਹੋਈ? ਤੁਸੀਂ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਨਾਲ ਸੂਬੇ ਦੇ ਸਿਹਤ ਮੰਤਰੀ ਵੀ ਹੋ। ਜਿਹੜੀ ਇੱਕ ਬੱਚੀ ਔਨਲਾਈਨ ਕੇਕ ਦੇ ਕਰਕੇ ਉਸਦੀ ਮੌਤ ਹੋ ਜਾਂਦੀ ਹੈ, ਹੁਣ ਤੱਕ ਕੀ ਕੋਈ ਕਾਰਵਾਈ ਡਿਪਾਰਟਮੈਂਟ ਦੇ ਵੱਲੋਂ ਕੀਤੀ ਗਈ ਹੈ? ਕੀ ਕੁਛ ਐਕਸ਼ਨ ਜਿਹੜਾ ਉਸ ਪੂਰੇ ਮਸਲੇ ਦੇ ਉੱਤੇ ਲਿੱਤਾ ਗਿਆ? ਬਹੁਤ ਹੀ ਮੰਦਭਾਗੀ ਦੀ, ਬਹੁਤ ਹੀ ਟ੍ਰੈਜਿਕ, ਬਹੁਤ ਹੀ ਪੇਨਫੁਲ ਜਿਹੜੀ ਖਬਰ ਹੈ। ਮੈਂ ਉਹਨਾਂ ਦੇ ਬੜਾ ਦਰਦਨਾਕ ਮੰਜੇ ਸੀ, ਮੈਂ ਅੱਜ ਉਹਨਾਂ ਦੇ ਘਰ ਵੀ ਜਾ ਕੇ ਆਇਆ ਔਰ ਮੈਂ ਆਲਰੇਡੀ ਜਿਹੜਾ ਇਹਦਾ ਹੈਗਾ ਜਿਹੜਾ ਸਿਹਤ ਮਹਿਕਮੇ ਵੱਲੋਂ ਔਰ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਮੈਂ ਦੋਨਾਂ ਨੂੰ ਵੀ ਬੁਲਾਇਆ ਸੀਗਾ ਅਤੇ ਅਸੀਂ ਜਿਹੜਾ ਉਹਨਾਂ ਦਾ ਕੇਕ ਸੀਗਾ ਨਾ ਜੀ ਉਹਦੀ ਫੋਰੈਂਸਿਕ ਜਾਂਚ ਵੀ ਕਰਾ ਰਹੇ ਹਾਂ ਔਰ ਜਿਹੜੀ ਉਹਦੀ ਫੂਡ ਸੇਫਟੀ ਤੋਂ ਵੀ ਉਹਦੀ ਅਸੀਂ ਜਾਂਚ ਕਰਾ ਰਹੇ ਹਾਂ ਔਰ ਜਿਹੜਾ ਉਹ ਸਾਰੀ ਸਪਲਾਈ ਚੇਨ ਹੈ ਕਿਉਂਕਿ ਜ਼ੋਮੈਟੋ ਦੇ ਥਰੂ ਆਈ ਸੀ ਉਹਨਾਂ ਦਾ, ਮੈਂ ਕਿਹਾ ਉਹਨਾਂ ਦੀ ਵੀ ਅਸੀਂ ਉਹਨਾਂ ਨਾਲ ਉਹਨਾਂ ਨੂੰ ਵੀ ਉਹਦੇ ਸ਼ਾਮਿਲ ਕਰਕੇ ਤਫਤੀਸ਼ ਦੇ ਵਿੱਚ। ਜਿਹੜਾ ਡਿਲੀਵਰੀ ਬੋਆਏ ਸੀਗਾ ਵੀ ਉਹ ਰਸਤੇ ਵਿੱਚ ਕਿਤੇ ਰੁਕਿਆ ਹੈਗਾ, ਕਿੱਥੇ ਉਹ ਜਿਹੜੀ ਹੈਗੀ ਆ ਮਤਲਬ ਉਹਦੇ 'ਚ ਕੋਈ ਸ਼ਰਾਰਤ ਹੋਈ ਆ, ਸਮਥਿੰਗ ਹੈਪਨ ਇਨ ਦਾ ਬੇਕਰੀ ਕਿ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਚਲੀ ਗਈ ਆ ਪੋਇਜ਼ਨਸ, ਜਾਂ ਰਸਤੇ ਵਿੱਚ ਕਿਸੇ ਨੇ ਸ਼ਰਾਰਤ ਹੋਈ ਆ, ਕੋਨਸਪੀਰੇਸੀ ਆ? ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ, ਮੇਰੇ ਕਲਾਸ ਵੱਲੋਂ ਸੀ, ਉਹਨਾਂ ਦੀ ਬੱਚੇ ਦੀ ਡੈਥ ਹੋਈ ਸੀ ਅਤੇ ਬਾਅਦ 'ਚ ਪਤਾ ਲੱਗਿਆ ਉਹਨਾਂ ਨੂੰ ਗੁਲਾਬ ਜਾਮਣ ਦੇ ਗਿਆ ਸੀ, ਕਿਉਂਕਿ ਉਹ ਉਹਨਾਂ ਦੇ ਇੱਕ ਨਾ ਉਹਨਾਂ ਦੇ ਕੁਲੀਗ ਸੀ, ਕਿਸੇ ਡਾਕਟਰ ਸੀਗੇ ਵੀ ਆਪਸ 'ਚ ਪ੍ਰੋਫੈਸ਼ਨਲ ਜੈਲਸੀ ਸੀ, ਉਹਨਾਂ ਦੇ ਮਤਲਬ ਜ਼ਹਿਰੀਲੀ ਮਿਠਾਈ ਦੇ ਗਿਆ ਸੀ ਘਰ 'ਚ ਜਿਹੜੀ ਕਿ ਬੱਚਿਆਂ ਨੇ ਖਾ ਲਈ ਸੀ, ਅਤੇ ਇਹਦੇ 'ਚ ਅਜੇ ਸਾਰਾ ਕੋਨਸਪੀਰੇਸੀ ਐਂਗਲ ਵੀ ਆ, ਇਹਦੀ ਪੂਰੀ ਜਾਂਚ ਹੋ ਰਹੀ ਹੈ ਜੀ, ਕਿਉਂਕਿ ਉਹ ਕੇਕ ਵੀ ਉਹ ਬਚਿਆ ਹੋਇਆ ਸੀਗਾ ਉਸਨੂੰ ਵੀ ਦੇਖਿਆ ਜਾ ਰਿਹਾ। ਹਾਂ, ਉਹਦੀ ਜਾਂਚ ਹੋ ਰਹੀ ਹੈ, ਕੇਕ ਦੀ ਫੋਰੈਂਸਿਕ ਜਾਂਚ ਹੋ ਰਹੀ ਹੈ ਜੀ, ਸਾਰਾ ਜੋ ਵੀ ਉਹਨਾਂ ਨੇ ਜੋ ਵੀ ਖਾਧਾ ਉਹਦੀ ਹਰ ਚੀਜ਼ ਦੀ, ਅਸੀਂ ਹਰ ਪੁਆਇੰਟ ਤੋਂ ਮਤਲਬ ਇੱਕ ਤਾਂ ਜਿਹੜਾ ਦੇਖਦਾ ਹੈਗਾ। ਇਟ ਮੇ ਨੋਟ ਬੀ ਦੈਟ ਸਿੰਪਲ, ਕਈ ਵਾਰੀ ਲੱਗਦਾ ਹੁੰਦਾ ਆਪਾਂ ਨੂੰ ਲੱਗਦਾ ਹੈਗਾ ਵੀ ਕੇਕ ਸੀਗਾ, ਵੀ ਕੀ ਇਹ ਕੇਕ ਹੀ ਸੀਗਾ, ਕੀ ਉਹਦੇ 'ਚ ਕੋਈ ਪੋਇਜ਼ਨ ਸੀ, ਅਤੇ ਜੇ ਉਹ 'ਚ ਪੋਇਜ਼ਨ ਸੀ ਤਾਂ ਕਿੱਥੋਂ ਆਈ ਉਹ, ਕੀ ਉਹ ਬੇਕਰੀ 'ਚ ਆਈ ਜਾਂ ਕਿਤੇ ਰਸਤੇ 'ਚ ਆਈ ਜਾਂ ਕਿਹੜੇ ਕਿਸੇ ਵੇਲੇ ਕਿਹੜੀ ਸਟੇਜ 'ਤੇ ਹੋਈ, ਉਹ ਪੁਲਿਸ ਜਾਂਚ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਜਿਹੜਾ ਹੈਗਾ ਅਸੀਂ ਉਹ ਕੇਸ ਨੂੰ ਕਰੈਕ ਕਰ ਲਾਂਗੇ, ਕਿਉਂਕਿ ਬਹੁਤ ਸਾਰੀਆਂ ਥਾਵਾਂ 'ਤੇ ਔਨਲਾਈਨ ਕੇਕ ਜਾਂ ਕੋਈ ਮਿਠਾਈ ਜਾਂ ਕੁਛ ਮੰਗਵਾ ਲਿੱਤਾ ਜਾਂਦਾ, ਉਹ ਨਾ ਤਾਂ ਉਹਦਾ ਕੋਈ ਕਿਤੇ ਚੈਕਿੰਗ ਹੁੰਦੀ ਹੈ, ਨਾ ਕੁਛ ਹੁੰਦਾ, ਤਫਤੀਸ਼ ਹੁੰਦੀ ਹੈ, ਕਈ ਥਾਵਾਂ 'ਤੇ ਤਾਂ ਬੇਕਰੀ ਹੁੰਦੀ ਨਹੀਂ, ਘਰੇ ਹੀ ਤਿਆਰ ਕੀਤੀ ਜਾਂਦੇ ਆ, ਉਸ ਦੀ ਵੀ ਕੋਈ ਕਮੇਟੀ ਜਾਂ ਕੋਈ ਬਣਾਇਆ ਜਾ ਰਿਹਾ ਕਿ ਪਤਾ ਲੱਗੇ ਕਿੱਥੋਂ ਕੋਈ ਵੈਰੀਫਾਈ ਕੀਤਾ ਜਾਵੇ ਚੰਗਾ ਹੈ ਮਾੜਾ ਵਾ, ਘਰੇ ਕੀ ਪਾ ਰਹੇ ਆ ਕੀ ਨਹੀਂ ਪਾ ਰਹੇ? ਐਕਚੁਲੀ ਜਿਹੜਾ ਔਨਲਾਈਨ ਟ੍ਰੇਡ ਹੈ ਨਾ ਜੀ, ਇਹ ਮੈਂ ਪਹਿਲਾਂ ਵੀ ਇਸ਼ੂ ਰੇਜ਼ ਕੀਤਾ ਸੀਗਾ, ਦੈਟ ਵਾਜ਼ ਇਨ ਰਿਲੇਸ਼ਨ ਟੂ ਜਿਹੜੀ ਆ ਔਨਲਾਈਨ ਫਾਰਮੇਸੀ ਆ, ਵੀ ਤੁਸੀਂ ਦਵਾਈ ਮੰਗਾਉਂਦੇ ਹੋ ਤੁਹਾਨੂੰ ਬਾਜ਼ਾਰ ਨਾਲੋਂ ਸਸਤੀ ਦਿੰਦਾ ਕਹਿੰਦੇ ਹੋ ਨਾ ਜੀ, ਅਤੇ ਉਹਦੇ 'ਚ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਅਦਰਵਾਈਜ਼ ਬੈਂਡ ਹੈ ਔਨਲਾਈਨ ਫਾਰਮੇਸੀ 'ਚ ਆ ਜਾਂਦੀਆਂ, ਉਹਨਾਂ ਦੀ ਰੈਗੂਲੇਸ਼ਨ ਨਹੀਂ ਹੁੰਦੀ। ਇਹ ਮੈਂ ਕੇਂਦਰ ਸਰਕਾਰ ਨੂੰ ਲਿਖਿਆ ਵੀ ਸੀ, ਮੈਂ ਦੁਬਾਰਾ ਵੀ ਲਿਖੂੰਗਾ, ਕਿਉਂਕਿ ਜਿਹੜੀ ਔਨਲਾਈਨ ਟ੍ਰੇਡ ਹੈ ਨਾ ਜੀ, ਇਹਦੀ ਜਿਹੜੀ ਰੈਗੂਲੇਸ਼ਨ ਹੈ ਉਹ ਸੈਂਟਰ ਗੌਰਮੈਂਟ ਦੇ ਲੈਵਲ 'ਤੇ ਹੁੰਦੀ ਹੈ, ਬਟ ਮੈਂ ਜ਼ਰੂਰ ਪੁਲਿਸ ਨੂੰ ਕਿਹਾ ਹੈਗਾ ਵੀ ਜਿਹੜੀਆਂ ਵੀ ਤੁਹਾਡੇ ਔਨਲਾਈਨ ਪਲੇਟਫਾਰਮ ਹੈਗੇ ਆ ਪੰਜਾਬ ਦੇ ਵਿੱਚ, ਉਹਨਾਂ ਦੀ ਪ੍ਰੋਪਰ ਰਜਿਸਟ੍ਰੇਸ਼ਨ ਕਰਕੇ ਵੈਰੀਫਿਕੇਸ਼ਨ ਕੀਤੀ ਜਾਵੇ, ਸਪੈਸ਼ਲੀ ਜਿਹੜੇ ਫੂਡ ਨਾਲ ਰਿਲੇਟਡ ਹੈ ਜਾਂ ਮੈਡੀਸਨ ਨਾਲ ਰਿਲੇਟਡ ਹੈ, ਕਿਉਂਕਿ ਇਹ ਬਹੁਤ ਦੋ ਇੰਪੋਰਟੈਂਟ ਚੀਜ਼ਾਂ ਹੈਗੀਆਂ। ਆਪਾਂ ਨੂੰ ਹੁਣ ਕੀ ਪਤਾ ਕਿਹੜੀ ਦਵਾਈ ਆ ਰਹੀ ਹੈ ਉਹਦੇ 'ਚ, ਠੀਕ ਹੈ? ਅਤੇ ਇਹ ਇਹ ਮਤਲਬ ਅਸੀਂ ਆਪਣੇ ਲੈਵਲ 'ਤੇ ਵੀ ਕਰ ਰਹੇ ਹਾਂ ਔਰ ਮੈਂ ਜਿਹੜੀ ਸੈਂਟਰ ਗੌਰਮੈਂਟ ਨੂੰ ਵੀ ਲਿਖ ਰਿਹਾ ਸੀ। ਠੀਕ ਹੈ, ਧੰਨਵਾਦ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ।